ਕਰਤਾਰਪੁਰ ਰੇਲਵੇ ਸਟੇਸ਼ਨ ਤੇ ਅੱਜ ਉਸ ਸਮੇਂ ਦਰਦਨਾਕ ਹਾਦਸਾ ਹੋ ਗਿਆ ਜਦੋਂ ਟ੍ਰੇਨ ਦੀ ਲਪੇਟ ਵਿੱਚ ਆਉਣ ਨਾਲ ਅਸਿਸਟੈਂਟ ਸਟੇਸ਼ਨ ਮਾਸਟਰ ਦੀ ਮੌਤ ਹੋ ਗਈ ਜਿਸ ਦੀ ਪਹਿਚਾਣ ਅਮਨਦੀਪ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਇਸ ਸੰਬੰਧੀ GRP ਦੇ SHO ਧਰਮਿੰਦਰ ਕਲਿਆਣ ਨੇ ਦੱਸਿਆ ਕਿ ਅਮਨਦੀਪ ਅਜੇ ਕੁਆਰਾ ਸੀ ਜੋ ਕਿ ਆਪਣੀ ਭੈਣ ਨਾਲ ਸੂਰਨਸੀ ਰੇਲਵੇ ਕੁਆਟਰਾਂ ਵਿੱਚ ਰਹਿੰਦਾ ਸੀ। ਅਮਨਦੀਪ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਪਿਤਾ ਰੇਲਵੇ ਵਿੱਚ ਨੌਕਰੀ ਕਰਦੇ ਸਨ ਜਿਸ ਕਰਕੇ ਉਹਨਾਂ ਦੀ ਨੌਕਰੀ ਅਮਨਦੀਪ ਨੂੰ ਮਿਲ ਗਈ ਸੀ। GRP ਵੱਲੋਂ ਇਸ ਨੂੰ ਲੈ ਕੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਦਰਮਿਆਨੀ ਰਾਤ ਪਤਾ ਲੱਗਾ ਸੀ ਕਿ ਜਿਹੜਾ ASM ਔਨ ਡਿਊਟੀ ਆ ਸ਼੍ਰੀ ਅਮਰਦੀਪ ਸਿੰਘ ਉਹ ਇੱਥੋਂ ਜਿਹੜਾ ਸਟੇਸ਼ਨ ਤੋਂ ਲਾਪਤਾ ਹੋ ਗਿਆ ਅਤੇ ਜਿਹੜੀ ਸਰਚ ਵਗੈਰਾ ਕੀਤੀ ਗਈ ਅਤੇ ਜੋ ਥੋੜ੍ਹੀ ਦੇਰ ਬਾਅਦ ਪਤਾ ਲੱਗਿਆ ਕਿ ਇਹਦੀ ਡੈੱਡ ਬੋਡੀ ਜਿਹੜੀ ਆ ਉਹ ਟਰੈਕ ਦੇ ਵਿੱਚ ਪਈ ਹੈ ਅਤੇ ਜੋ ਕਾਰਵਾਈ 174 CRPC ਦੇ ਤਹਿਤ ਅਮਲ ਵਿੱਚ ਲਿਆਂਦੀ ਜਾ ਰਹੀ। ਪਰਿਵਾਰ ਦੇ ਵਿੱਚੋਂ ਇੱਕ ਇਹਦੀ ਸਿਸਟਰ ਆ ਜਿਹੜੀ 23 ਸਾਲ ਦੀ ਆ ਅਤੇ ਇਹਦੇ ਮਦਰ ਫਾਦਰ ਦੀ ਜਿਹੜੀ ਆਲਰੇਡੀ ਡੈੱਥ ਹੋ ਚੁੱਕੀ ਆ ਅਤੇ ਪਰਿਵਾਰ ਦੇ ਹੋਰ ਵੀ ਮੈਂਬਰ ਆ ਰਹੇ ਆ ਜੋ ਉਹਨਾਂ ਤੋਂ ਕੋਸ਼ਿਸ਼ ਵੀ ਕਰਾਂਗੇ ਉਹਨਾਂ ਤੋਂ ਪੁੱਛਾਂਗੇ ਵੀ ਕੀ ਹੋ ਸਕਦਾ। ਬਾਕੀ ਇਨੀਸ਼ੀਅਲੀ ਜਿਹੜਾ ਸਾਨੂੰ ਐਕਸੀਡੈਂਟ ਦਾ ਮਾਮਲਾ ਲੱਗ ਰਿਹਾ।